ਇੱਕ ਰਹਿਣ ਵਾਲਾ ਪਰਿਵਾਰ ਸੀਗਾ ਜੀ, ਜਿਨ੍ਹਾਂ ਦੇ ਉੱਤੇ ਪਿਛਲੇ 13 ਸਾਲਾਂ ਤੋਂ ਨਾ ਕਰਜ਼ਾ ਚੜਿਆ ਹੋਇਆ ਹੈ। ਤੇ ਕਰਜ਼ਾ ਇੱਕ ਐਸੀ ਭੈੜੀ ਬਿਮਾਰੀ ਹੈ ਨਾ ਜੀ, ਜਿਹੜਾ ਬੰਦਾ ਇੱਕ ਵਾਰੀ ਇਹਦੇ ਵਿੱਚ ਫਸ ਗਿਆ ਉਹ ਸਾਰੀ ਉਮਰ ਨਹੀਂ ਨਿਕਲਦਾ, ਸਾਰੀ ਉਮਰ ਉਸੇ ਵਿੱਚ ਫਸਿਆ ਰਹਿੰਦਾ ਹੈ। ਬੜੇ ਔਖੇ ਹੋਏ, ਜਦੋਂ ਮਾੜਾ ਸਮਾਂ ਆ ਜਾਵੇ ਉਦੋਂ ਨਾਲ ਵੀ ਕੋਈ ਨਹੀਂ ਖੜਦਾ। ਫਿਰ ਉਹਨਾਂ ਨੇ ਕਿਸੇ ਗੁਰਸਿੱਖ ਨੂੰ ਪੁੱਛਿਆ ਕਿ ਕਿੱਦਾਂ ਇਸ ਕਰਜ਼ੇ ਦੇ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ, ਮੈਂ ਕੀ ਕਰਾਂ। ਬੜੇ ਪਾਠ ਵੀ ਕਰਦੀ ਹਾਂ, ਬਾਬਾ ਦੀਪ ਸਿੰਘ ਦਾ ਨਾਮ ਵੀ ਜਪਦੀ ਹਾਂ, ਚੁਪਹਿਰੇ ਵੀ ਕੱਟਦੀ ਹਾਂ, ਪਰ ਮੇਰੇ ਉੱਤੋਂ ਜਿਹੜਾ ਇਹ ਕਰਜ਼ਾ ਉਤਰ ਨਹੀਂ ਰਿਹਾ, ਅਸੀਂ ਫਸ ਰਹੇ ਹਾਂ ਹੋਰ ਇਸ ਕਰਜ਼ੇ ਵਿੱਚੋਂ, ਨਿਕਲ ਨਹੀਂ ਪਾ ਰਹੇ। ਉਹ ਗੁਰਸਿੱਖ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਚੁਪਹਿਰਾ ਕੱਟਦੇ ਹੋ ਜਾਂ ਬਾਣੀ ਪੜ੍ਹਦੇ ਹੋ, ਕਿਵੇਂ ਪੜ੍ਹਦੇ ਹੋ, ਕਿਹੜੇ ਸਮੇਂ ਪੜ੍ਹਦੇ ਹੋ। ਉਸ ਮਾਈ ਨੇ ਜਵਾਬ ਦਿੱਤਾ, ਕਹਿੰਦੀ ਜਦੋਂ ਮੈਨੂੰ ਟਾਈਮ ਲੱਗ ਗਿਆ ਉਦੋਂ ਮੈਂ ਬਾਣੀ ਪੜ੍ਹ ਲੈਂਦੀ ਹਾਂ, ਜਦੋਂ ਮੇਰੇ ਕੋਲ ਸਮਾਂ ਲੱਗਿਆ ਉਦੋਂ ਮੁੱਖ ਤੋਂ ਧੰਨ ਬਾਬਾ ਦੀਪ ਸਿੰਘ ਕਹਿ ਦਿੰਦੀ ਹੈ ਜੀ, ਜਦੋਂ ਮੈਨੂੰ ਸਮਾਂ ਮਿਲਿਆ ਉਦੋਂ ਮੈਂ ਗੁਟਕਾ ਲੈ ਕੇ ਬਾਣੀ ਪੜ੍ਹਨ ਲੱਗ ਜਾਂਦੀ ਹੈ। ਉਹ ਗੁਰਸਿੱਖ ਨੇ ਜਵਾਬ ਦਿੱਤਾ ਕਿ ਇਹ ਵੀ ਠੀਕ ਹੈ ਕਿ ਜਦੋਂ ਤੁਹਾਨੂੰ ਸਮਾਂ ਮਿਲਿਆ ਬਾਣੀ ਪੜ੍ਹ ਲਓ, ਇਹਦੇ 'ਚ ਕੋਈ ਗਲਤ ਨਹੀਂ ਹੈ, ਪਰ ਬਹੁਤਾ ਚੰਗਾ ਇਹ ਹੋਏਗਾ ਜੇ ਤੁਸੀਂ ਅੰਮ੍ਰਿਤ ਵੇਲਾ ਸਾਂਭੋ। ਨੋਟ ਕਰਿਓ ਜੀ ਗੱਲ, ਉਹ ਕੀ ਗੁਰਬਾਣੀ ਵੀ ਕਹਿੰਦੀ ਹੈ ਕਿ ਅੰਮ੍ਰਿਤ ਵੇਲੇ ਦਾ ਬੋਲਿਆ ਹੋਇਆ ਜੇ ਬੰਬੀਹਾ ਬੋਲਦਾ ਆ ਤੇ ਉਹਦੀ ਪੁਕਾਰ ਪਰਮਾਤਮਾ ਦੇ ਘਰ ਵਿੱਚ ਸੁਣੀ ਜਾਂਦੀ ਹੈ ਕਿ ਜੇ ਤੂੰ ਵੀ ਅੰਮ੍ਰਿਤ ਵੇਲੇ ਆਪਣੇ ਗੁਰੂ ਦੇ ਚਰਨਾਂ 'ਚ ਅਰਦਾਸ ਕਰੇ, ਆਪਣੇ ਗੁਰੂ ਦੇ ਚਰਨਾਂ 'ਚ ਬੇਨਤੀ ਕਰੇ, ਆਪਣੇ ਗੁਰੂ ਦੇ ਚਰਨਾਂ 'ਚ ਤਰਲਾ ਲਵੇ, ਤਾਂ ਤੇਰਾ ਬੋਲਿਆ ਹੋਇਆ ਵੀ ਅੰਮ੍ਰਿਤ ਵੇਲੇ ਦਾ ਗੁਰੂ ਦੇ ਚਰਨਾਂ 'ਚ ਪ੍ਰਵਾਨ ਹੋਏਗਾ। ਤੁਸੀਂ ਨਿਤਨੇਮ ਕਰਦੇ ਹੋ ਠੀਕ ਹੈ, ਬਾਣੀ ਪੜ੍ਹਦੇ ਹੋ ਠੀਕ ਹੈ, ਨਾਮ ਜਪਦੇ ਹੋ ਠੀਕ ਹੈ, ਪਰ ਚੰਗਾ ਹੋਵੇ ਤੁਸੀਂ ਅੰਮ੍ਰਿਤ ਵੇਲੇ ਕਰਨਾ ਸ਼ੁਰੂ ਕਰ ਦਿਓ। ਅੰਮ੍ਰਿਤ ਵੇਲਾ ਸਾਂਭੋ, ਉੱਠੋ 4 ਵਜੇ, ਇਸ਼ਨਾਨ ਕਰੋ, ਚੌਂਕੜਾ ਮਾਰ ਕੇ ਬਾਣੀ ਪੜ੍ਹੋ ਤੇ ਮੁੱਖ ਤੋਂ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪੋ, ਜਿਹੜਾ ਤੁਹਾਡੇ ਸਿਰ ਤੇ ਇਹ ਕਰਜ਼ਾ ਆ ਇਹ ਕਰਜ਼ਾ ਜ਼ਰੂਰ ਉਤਰੇਗਾ ਜੀ। ਹੁਣ ਜਦੋਂ ਬੰਦਾ ਡੁੱਬਦਾ ਹੋਵੇ, ਮਜਬੂਰ ਹੋਵੇ, ਫਿਰ ਕੀ ਨਹੀਂ ਕਰਦਾ ਜੋ ਸਭ ਕੁਝ ਕਰਦਾ ਜੋ ਉਹਨੂੰ ਦੁਨੀਆ ਕਹਿੰਦੀ ਹੈ। ਉਸ ਗੁਰਸਿੱਖ ਦੇ ਕਹੇ ਤੇ ਉਸ ਪਰਿਵਾਰ ਨੇ, ਸਾਰੇ ਪਰਿਵਾਰ ਨੇ ਅੰਮ੍ਰਿਤ ਵੇਲਾ ਸਾਂਭਣਾ ਸ਼ੁਰੂ ਕਰਤਾ ਤੇ ਮੁੱਖ ਤੋਂ ਬੋਲਣਾ ਸ਼ੁਰੂ ਕਰਤਾ, ਧੰਨ ਬਾਬਾ ਦੀਪ ਸਿੰਘ ਜੀ। ਲਵਾਓ ਜੀ ਹਾਜ਼ਰੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਰੋਜ਼ ਉਹਨਾਂ ਨੇ ਜਪਣਾ ਸ਼ੁਰੂ ਕਰ ਦਿੱਤਾ ਜੀ। ਜ਼ਿਆਦਾ ਸਮਾਂ ਨਹੀਂ ਪਿਆ ਸੰਗਤ ਜੀ, 2 ਕੁ ਮਹੀਨੇ ਬਾਅਦ ਉਹ ਬੀਬੀ ਫਿਰ ਉਸ ਗੁਰਸਿੱਖ ਨੂੰ ਮਿਲ ਕੇ ਗੱਲ ਕਹਿੰਦੀ ਹੈ ਕਿ ਭਾਈ ਸਾਹਿਬ ਸਾਡੇ 'ਤੇ ਬਾਬਾ ਦੀਪ ਸਿੰਘ ਨੇ ਕਿਰਪਾ ਕਰਦੀ, ਸਾਡੇ 'ਤੇ ਮਿਰਾਮਤ ਕਰਦੀ। ਉਸ ਭਾਈ ਸਾਹਿਬ ਨੇ ਪੁੱਛਿਆ ਗੁਰਸਿੱਖ ਨੇ ਕੀ ਹੋਇਆ, ਉਹਨਾਂ ਨੇ ਆਖਿਆ ਕਿ ਦੁਨੀਆਂ ਵਿੱਚ ਇਹ ਗੱਲ ਤਾਂ ਸੁਣੀ ਸੀਗੀ ਕਿ ਜਦੋਂ ਤੁਹਾਡੇ 'ਤੇ ਮੁਸ਼ਕਲ ਸਮਾਂ ਪੈ ਜਾਵੇ ਉਦੋਂ ਰਿਸ਼ਤੇਦਾਰ ਸਾਖ ਸੰਬੰਧੀ ਸਭ ਤੁਹਾਡਾ ਸਾਥ ਛੱਡ ਕੇ ਚਲੇ ਜਾਂਦੇ ਆ, ਪਰ ਮੇਰੇ ਉੱਤੇ ਬਾਬਾ ਦੀਪ ਸਿੰਘ ਨੇ ਏਡੀ ਕਿਰਪਾ ਕੀਤੀ ਕਿ ਜਿਹੜੇ ਰਿਸ਼ਤੇਦਾਰ ਮੇਰੇ ਤੋਂ ਮੇਰੇ ਦੁੱਖ ਦੇ ਸਮੇਂ ਦੂਰ ਹੋਏ ਸੀਗੇ ਅੱਜ ਉਹ ਸਾਰੇ ਰਿਸ਼ਤੇਦਾਰ ਮੇਰੇ ਨੇੜੇ ਹੋ ਗਏ।
ਬਾਬਾ ਦੀਪ ਸਿੰਘ ਨੇ ਕਿਰਪਾ ਕਰ ਦਿੱਤੀ ਸਾਰਿਆਂ ਦੇ ਉੱਤੇ, ਐਸੀ ਕਿਰਪਾ ਕੀਤੀ ਸਾਰਿਆਂ ਦਾ ਦਿਮਾਗ ਪਤਾ ਨਹੀਂ ਕੀ ਘੁਮਾ ਦਿੱਤਾ ਸਾਰਿਆਂ ਦਾ, ਕਿ ਹਰ ਰਿਸ਼ਤੇਦਾਰ ਮੇਰੇ ਘਰ ਆਇਆ ਤੇ ਆ ਕੇ ਮੈਨੂੰ ਤਸੱਲੀ ਦੇਵੇ ਕਿ ਕੋਈ ਗੱਲ ਨਹੀਂ ਭੈਣ ਜੀ, ਜੋ ਤੁਹਾਡੇ ਉੱਤੇ ਕਰਜ਼ਾ ਉੱਤਰ ਜਾਏਗਾ, ਤੁਸੀਂ ਭਰੋਸਾ ਰੱਖੋ, ਸਾਡੀ ਕਿਤੇ ਮਦਦ ਦੀ ਲੋੜ ਹੈ ਤਾਂ ਦੱਸੋ। ਅੱਗੇ ਰਿਸ਼ਤੇਦਾਰ ਆਉਂਦੇ ਨਹੀਂ ਸੀ, ਅੱਜ ਰਿਸ਼ਤੇਦਾਰ ਆਏ ਤੇ ਪੱਲੋ ਕੁਝ ਨਾ ਕੁਝ ਦੇ ਕੇ ਗਏ ਤੇ ਪੈਸਾ ਦੇ ਕੇ ਕਹਿੰਦੇ ਕਿ ਜਦੋਂ ਹੋਇਆ ਉਦੋਂ ਵਾਪਸ ਕਰ ਦਿਓ, ਜੇ ਨਾ ਵੀ ਹੋਇਆ ਤੇ ਤਾਂ ਵੀ ਵਾਪਸ ਕਰਨ ਦੀ ਲੋੜ ਕੋਈ ਨਹੀਂ ਹੈ। ਜਿੰਨੇ ਮੇਰੇ ਘਰ ਰਿਸ਼ਤੇਦਾਰ ਆਏ ਸਾਰੇ ਮੈਨੂੰ ਪੈਸਾ ਦੇ ਗਏ, ਜਿਹੜਾ 13 ਸਾਲ ਦਾ ਮੇਰੇ ਸਿਰ ਤੇ ਕਰਜ਼ਾ ਸੀ, 2 ਮਹੀਨੇ 'ਚ ਬਾਬਾ ਦੀਪ ਸਿੰਘ ਦਾ ਨਾਮ ਜਪਿਆ, ਬੰਦਗੀ ਕੀਤੀ, ਐਡੀ ਮਰਾਮਤ ਹੋਈ ਕਿ ਉਹ 2 ਮਹੀਨੇ ਵਿੱਚ ਮੈਂ ਨਾਮ ਜਪਿਆ ਤੇ ਬਾਬਾ ਦੀਪ ਸਿੰਘ ਨੇ ਬਖਸ਼ਿਸ਼ ਕੀਤੀ ਕਿ ਇੰਨਾ ਮੇਰੇ ਕੋਲ ਪੈਸਾ ਇਕੱਠਾ ਹੋਇਆ, ਮੈਂ 13 ਸਾਲ ਦਾ ਜਿਹੜਾ ਕਰਜ਼ਾ ਸੀ ਉਹ 2 ਮਹੀਨੇ 'ਚ ਉਤਾਰ ਦਿੱਤਾ। 2 ਮਹੀਨੇ 'ਚ ਮੇਰਾ ਕਰਜ਼ਾ ਦੂਰ ਹੋ ਗਿਆ। ਮੈਂ ਬਲਿਹਾਰੇ ਜਾਂਦੀ ਹਾਂ ਬਾਬਾ ਦੀਪ ਸਿੰਘ 'ਤੇ, ਮੈਂ ਕੁਰਬਾਨ ਜਾਂਦੀ ਹਾਂ ਬਾਬਾ ਦੀਪ ਸਿੰਘ 'ਤੇ ਜਿਹਨੇ ਮੇਰਾ ਕਰਜ਼ਾ ਦੂਰ ਕੀਤਾ। ਅਤੇ ਉਹਨੇ ਦੱਸਿਆ, ਮੈਂ ਦੱਸ ਵੀ ਦੇਵਾਂ ਕਿ ਇਹ ਮੇਰੇ ਸਿਰ 'ਤੇ ਕਰਜ਼ਾ ਚੜ੍ਹਿਆ ਕਿਉਂ ਸੀ। ਅੱਜ ਤੋਂ 13 ਸਾਲ ਪਹਿਲਾਂ ਮੇਰੀ ਕੁੱਖ ਨੂੰ ਭਾਗ ਲਾਇਆ ਅਕਾਲ ਪੁਰਖ ਵਾਹਿਗੁਰੂ ਨੇ, ਮੇਰੀ ਕੁੱਖ 'ਚੋਂ ਬੱਚੇ ਦਾ ਜਨਮ ਹੋਇਆ ਮੇਰੇ ਪੁੱਤ ਦਾ, ਪਰ ਉਹਨੂੰ ਬਿਮਾਰੀ ਐਸੀ ਲੱਗੀ ਸੀ ਜਿਸ ਬਿਮਾਰੀ ਦਾ ਇਲਾਜ ਕਰਾਉਂਦੇ ਕਰਾਉਂਦੇ ਮੈਂ ਲੋਕਾਂ ਕੋਲ ਪੈਸਾ ਪਕੜ ਕੇ ਉਹਦਾ ਇਲਾਜ ਕਰਵਾਇਆ, ਉਹੀ ਪੈਸਾ ਮੈਨੂੰ ਦਿੱਤਾ ਨਾ ਗਿਆ। ਅੱਜ ਮੇਰਾ ਪੁੱਤਰ ਵੀ 13 ਸਾਲ ਦਾ ਹੋ ਗਿਆ, ਪਰ ਅਸੀਂ ਕਰਜ਼ੇ ਵਿੱਚ ਫਸੇ ਹੋਏ ਸਨ। ਆ 2 ਮਹੀਨੇ ਦੇ ਨੇਮ ਨੇ ਮੇਰੇ 'ਤੇ ਇੰਨੀ ਬਖਸ਼ਿਸ਼ ਕਰ ਦਿੱਤੀ ਕਿ ਬਾਬਾ ਦੀਪ ਸਿੰਘ ਖੁਦ ਮੇਰੇ ਰਿਸ਼ਤੇਦਾਰਾਂ ਦੇ ਵਿੱਚ ਵਰਤ ਕੇ ਮੇਰਾ ਜਿਹੜਾ 13 ਸਾਲ ਦਾ ਕਰਜ਼ਾ ਸੀ ਇਹ ਮੇਰੇ ਸਿਰ ਤੋਂ ਦੂਰ ਕਰ ਦਿੱਤਾ। ਸੰਗਤ ਜੀ, ਜਦੋਂ ਅਸੀਂ ਵੀ ਗੁਰੂ 'ਤੇ ਭਰੋਸਾ ਰੱਖਾਂਗੇ ਨਾ ਜੀ, ਗੁਰੂ ਸਾਡੇ ਵੀ ਦੁੱਖ ਤਕਲੀਫਾਂ ਮੁਸ਼ਕਲਾਂ ਜੋ ਵੀ ਸਾਡੇ ਜੀਵਨ 'ਚ ਹੈ ਇਹ ਸਭ ਕੁਝ ਦੂਰ ਕਰ ਦੇਗਾ। ਪਰ ਮਸਲਾ ਇਹ ਹੈ ਕਿ ਸਾਨੂੰ ਗੁਰੂ 'ਤੇ ਭਰੋਸਾ ਚਾਹੀਦਾ, ਸਾਨੂੰ ਬਾਬਾ ਦੀਪ ਸਿੰਘ 'ਤੇ ਭਰੋਸਾ ਚਾਹੀਦਾ। ਭਰੋਸਾ ਸਾਡਾ ਕਾਇਮ ਹੋ ਜਾਵੇ, ਭਰੋਸਾ ਸਾਡਾ ਤਾਕਤਵਰ ਹੋ ਜਾਵੇ, ਉਦੋਂ ਦੁਨੀਆ ਦੀ ਹਰ ਇੱਕ ਮੁਸ਼ਕਲ ਦਾ ਹੱਲ ਹੈ ਬਾਬਾ ਦੀਪ ਸਿੰਘ ਕੋਲ। ਪਰ ਅਸੀਂ ਹਾਰ ਤਾਂ ਜਾਂਦੇ ਹਾਂ ਕਿਉਂਕਿ ਸਾਡਾ ਭਰੋਸਾ ਕਮਜ਼ੋਰ ਪੈ ਜਾਂਦਾ।